ਪਹਿਲਾਂ ਮੈਂ ਸਿੱਖ ਨਹੀਂ ਸੀਗਾ ਸਿੱਖ ਫੈਮਲੀ ਵਿੱਚ ਸੀਗਾ ਲੇਕਿਨ ਸਿੱਖ ਨਹੀਂ ਸੀ ਹੁਣ ਮੈਨੂੰ ਆਪਣੇ ਆਪ ਤੇ ਇਸ ਕਰਕੇ ਮਾਣ ਮਹਿਸੂਸ ਹੁੰਦਾ ਏ ਕਿ ਮੈਂ ਇੱਕ ਸਿੱਖ ਪਰਿਵਾਰ ਵਿੱਚ ਜਨਮ ਲਿਆ ਸੀ ਆਪਣੇ ਆਪ ਨੂੰ ਸ਼ੀਸ਼ੇ ਜਦੋਂ ਹੁਣ ਦੇਖਦੇ ਹਾਂ ਤੇ ਪੁਰਾਣੀ ਕੋਈ ਤਸਵੀਰ ਦੇਖਦੇ ਹਾਂ ਉਦੋਂ ਦਿਲ 'ਚ ਕੀ ਆਉਂਦਾ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ ਜਿਹੜੀ ਕਲਾਕਾਰੀ ਹੈ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਕਲਾਕਾਰੀ ਜਿਹੜੀ ਸਾਨੂੰ ਚਾਹੀਦੀ ਹੈ ਜੋ ਸਾਡੇ ਸੱਭਿਆਚਾਰ ਨਾਲ ਰਿਲੇਟਡ ਕਲਾਕਾਰੀ ਉਹ ਬਿਲਕੁਲ ਮੁੱਕ ਚੁੱਕੀ ਹੈ ਤੇਰੇ ਕਰਕੇ ਮੈਂ ਲੈ ਲਈ ਦੀ ਅਸੀਂ ਗੱਨ ਬਿੱਲੋ ਰਾਣੀਆਂ ਨਹੀਂ ਵੇਖੀ ਮੈਂ ਕਰਾਉਂਦਾ ਤੁਹਾਨੂੰ ਤਾਂ ਤੁਹਾਨੂੰ ਅੱਜ ਮਹਿਸੂਸ ਹੁੰਦਾ ਵੀ ਕਿਉਂ ਗਾਇਆ ਸੀ ਅਸਲੀ ਚੀਜ਼ ਜਿਹੜੀ ਆ ਜੋ ਚੀਜ਼ ਪਰਿਵਾਰ ਨੂੰ ਸੇਧ ਦੇਣ ਵਾਲੀ ਹੈ ਸਾਡੇ ਕਲਚਰ ਨੂੰ ਸੇਧ ਦੇਣ ਵਾਲੀ ਹੈ ਲੋਕ ਉਹਨੂੰ ਪਿਆਰ ਨਹੀਂ ਕਰਦੇ ਗੱਲਾਂ ਕਰਦੇ ਨੇ ਕਈ ਲੋਕਾਂ ਨੇ ਮੈਨੂੰ ਫੋਨ ਤੇ ਕਿ ਆਰਮਿੰਦਰ ਤੂੰ ਲਾਈਨ ਕਿਉਂ ਚੇਂਜ ਕਰਤੀ ਤੂੰ ਇਹ ਆਪਣਾ ਕੈਰੀਅਰ ਖਰਾਬ ਕਰ ਲਿਆ ਮੈਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਉਹਨਾਂ ਦੀਆਂ ਗੱਲਾਂ 'ਤੇ ਧਿਆਨ ਹੀ ਨਹੀਂ ਦਿੱਤਾ ਉਹ ਅੱਜ ਵੀ ਕਹਿੰਦੇ ਆ ਕਿ ਉਹੋ ਜਿਹੇ ਗੀਤ ਗਾਓ ਬਿਲਕੁਲ ਫੇਮਸ ਹੋਣਾ ਤੁਹਾਡੇ ਵਾਸਤੇ ਹੁਣ ਔਖਾ ਹੋ ਗਿਆ ਜਦੋਂ ਕਲੀਨ ਸ਼ੇਪ ਸੀਗੇ ਜਦੋਂ ਗੱਨ ਵਾਲੇ ਗਾਣੇ ਨੱਡੀਆਂ ਵਾਲੇ ਗਾਉਂਦੇ ਸੀ ਉਦੋਂ ਮਿਲੀਅਨ ਮਿਲੀਅਨ ਵਿਊਜ਼ ਆਉਂਦੇ ਸੀ ਹੁਣ 40000 ਤੇ ਸਿਮਟ ਕੇ ਰਹਿ ਗਏ ਵਿਊਜ਼ ਦੇਖੋ ਜੀ ਸਭ ਤੋਂ ਮੇਨ ਚੀਜ਼ ਹੁੰਦੀ ਬੰਦਾ ਕੰਮ ਕਾ ਦੇ ਲਈ ਕਰਦਾ ਆਪਣੇ ਦਿਲ ਨੂੰ ਸਕੂਨ ਵਾਸਤੇ ਹੁਣ ਮੇਰੀ ਕਲਾਕਾਰੀ ਆਪਣੇ ਆਪ ਨੂੰ ਸਕੂਨ ਵਾਸਤੇ ਆ ਮੈਂ ਚੰਗਾ ਗਾਉਂਗਾ ਚੰਗਾ ਲਿਖੂਗਾ ਮੇਰੇ ਦਿਲ ਨੂੰ ਸਕੂਨ ਆਉਣ ਵਾਸਤੇ ਮੈਂ ਲਿਖਿਆ ਕਰੂੰਗਾ ਇਸ ਨੂੰ ਦਿਲ ਦਾ ਹਾਲ ਸੁਣਾਈਏ ਜਿਤ ਕਰੇ ਆਪਾਂ ਵੀ ਮਰ ਜਾਈਏ ਕਿਸ ਨੂੰ ਦਿਲ ਦਾ ਹਾਲ ਸੁਨਾਈਏ ਚਿਤ ਕਰੇ ਆਪਾਂ ਵੀ ਮਰ ਜਾਈਏ ਤੇਰੇ ਨਾਸੀ ਜੱਗ ਉੱਤੇ ਸਰਦਾਰੀਆਂ ਕਿਉਂ ਬਾਪੂ ਛੋਟੀ ਉਮਰ ਦੇਖਿਆ ਹੈ ਸਭ ਜ਼ਿੰਮੇਵਾਰੀਆਂ ਕਿਉਂ ਬਾਪੂ ਛੋਟੀ ਉਮਰ ਦੇਖਿਆ ਹੈ ਸਭ ਜ਼ਿੰਮੇਵਾਰੀਆਂ ਲਕਚਰ ਗੀਤਕਾਰੀ ਤੇ ਗਾਇਕੀ ਦੇ ਦੌਰ ਵਿੱਚ ਇੱਕ ਨੌਜਵਾਨ ਆਪਣੇ ਆਪ ਨੂੰ ਬਦਲਦਾ ਹੈ ਟਰਾਂਸਫਾਰਮ ਕਰਦਾ ਹੈ ਨਾ ਸਿਰਫ ਆਪਣੇ ਬਾਣੇ ਨੂੰ ਸਗੋਂ ਆਪਣੀ ਗੀਤਕਾਰੀ ਨੂੰ ਆਪਣੀ ਗਾਇਕੀ ਨੂੰ ਕਦੇ ਨੱਡੀਆਂ ਬੰਦੂਕਾਂ ਰਫਲਾਂ ਦੇ ਗੀਤ ਗਾਉਣ ਵਾਲਾ ਅੱਜ ਕੱਲ ਮਾਂ ਤੇ ਵਾਤਾਵਰਣ ਤੇ ਪਿਓ ਪੁੱਤ ਦੇ ਰਿਸ਼ਤੇ ਤੇ ਬਾਹਰ ਜਾ ਰਹੇ ਪੰਜਾਬੀਆਂ ਤੇ ਗੀਤ गा ਰਿਹਾ ਹੈ ਗੀਤ ਲਿਖ ਰਿਹਾ ਹੈ ਇਹ ਟਰਾਂਸਫਾਰਮੇਸ਼ਨ ਕਿਵੇਂ ਹੋਈ ਕਿਵੇਂ ਇੱਕ ਮੁੰਡਾ ਜੋ ਬੰਦੂਕਾਂ ਹੱਥ ਫੜਦਾ ਸੀ ਜੋ ਮੋਨਾ ਸੀ ਅੱਜ ਉਹ ਸਰਦਾਰ ਬਾਣੇ ਦੇ ਵਿੱਚ ਐ ਸਿੱਖੀ ਸਰੂਪ ਦੇ ਵਿੱਚ ਐ ਰਮਿੰਦਰ ਰੰਦਾਵਾ ਬਟਾਲੇ ਦੇ ਨਾਲ ਸਬੰਧ ਰੱਖਣ ਵਾਲਾ ਅੱਜ ਸਿੱਖੀ ਸਰੂਪ 'ਚ ਆ ਗਿਆ ਸਾਡੇ ਨਾਲ ਰਮਿੰਦਰ ਨੇ ਗੱਲਬਾਤ ਕਰਦੇ ਆ ਰਮਿੰਦਰ ਸਸਿਕਾਲ ਸਸਿਕਾਲ ਜੀ ਡੇਲੀ ਪੋਸਟ ਦੀ ਸਾਰੀ ਟੀਮ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਅੱਜ ਮੈਨੂੰ ਇਹਨਾਂ ਚੀਜ਼ ਨੂੰ ਆਪਣੇ ਇੱਕ ਪਲੇਟਫਾਰਮ ਦਿੱਤਾ ਹੈ ਕਿ ਦੁਨੀਆ ਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਸੋ ਮੈਂ ਦਿਲੋਂ ਧੰਨਵਾਦ ਕਰਦਾ ਜੀ। ਗਮਿੰਦਰ ਬਾਣਾ ਕਿਵੇਂ ਬਦਲਿਆ ਕੀ ਵਿਚਾਰ ਆਇਆ ਪਹਿਲਾਂ ਤੁਸੀਂ ਕਟਿੰਗ 'ਚ ਸੀਗੇ ਤੁਸੀਂ ਦੱਸਿਆ ਮੋਨੇ ਸੀਗੇ ਗੀਤ ਫੁਕਰੀਆਂ ਵਾਲੇ ਗੰਨਾ ਵਾਲੇ ਗਾਉਂਦੇ ਸੀ ਇਹ ਬਦਲਾਅ ਕਿਵੇਂ ਆਇਆ? ਦੇਖੋ ਜੀ ਤੁਸੀਂ ਦੇਖ ਰਹੇ ਹੋ ਕਿ ਅੱਜਕੱਲ ਜਿਹੜੀ ਕਲਾਕਾਰੀ ਹੈ ਨਾ ਉਹ ਖਤਮ ਹੁੰਦੀ ਜਾ ਰਹੀ ਹੈ। ਕਲਾਕਾਰੀ ਜਿਹੜੀ ਸਾਨੂੰ ਚਾਹੀਦੀ ਹੈ ਜੋ ਸਾਡੇ ਸੱਭਿਆਚਾਰ ਨਾਲ ਰਿਲੇਟਡ ਕਲਾਕਾਰੀ ਉਹ ਬਿਲਕੁਲ ਮੁੱਕ ਚੁੱਕੀ ਹੈ। ਹੂੰ 2 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਸੋਚ ਆਈ ਸੀਗੀ ਕਿ ਮੈਂ ਆਪਣੇ ਆਪ ਨੂੰ ਮੋਟੀਵੇਟ ਕਰ ਲੂੰਗਾ ਮੈਂ ਸਰਦਾਰ ਬਣ ਜਾਊਂਗਾ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਨੇ ਸਿੱਖ ਧਰਮ ਦੇ ਵਿੱਚ ਉਹਨਾਂ ਕੁਰਬਾਨੀਆਂ ਸਾਡੇ ਵਾਸਤੇ ਕੀਤੀਆਂ ਨੇ ਉਸ ਚੀਜ਼ ਨੂੰ ਮੈਂ ਆਪਣੇ ਦਿਲ ਵਿੱਚ ਵਸਾਇਆ ਤੇ ਮੈਂ ਸਰਦਾਰ ਬਣ ਗਿਆ ਜੀ ਬਾਣੇ ਚਾਏ ਸਰੂਪ ਚਾਏ ਕਿਵੇਂ ਮਹਿਸੂਸ ਹੁੰਦਾ ਹੈ ਪਹਿਲਾਂ ਕਿਵੇਂ ਸੀ ਹੁਣ ਕਿਵੇਂ ਹੈ ਦੇਖੋ ਪਹਿਲਾਂ ਮੈਂ ਸਿੱਖ ਨਹੀਂ ਸੀਗਾ ਸਿੱਖ ਫੈਮਿਲੀ ਵਿੱਚ ਸੀਗਾ ਲੇਕਿਨ ਸਿੱਖ ਨਹੀਂ ਸੀ ਹੁਣ ਮੈਨੂੰ ਆਪਣੇ ਆਪ ਤੇ ਇਸ ਕਰਕੇ ਮਾਣ ਮਹਿਸੂਸ ਹੁੰਦਾ ਏ ਕਿ ਮੈਂ ਇੱਕ ਸਿੱਖ ਪਰਿਵਾਰ ਵਿੱਚ ਜਨਮ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਚਾਰ ਪੁੱਤਰ ਵਾਰੇ ਪਿਤਾ ਨੂੰ ਵਾਰਿਆ ਆਪਣਾ ਆਪ ਵਾਰਿਆ ਸਾਰਾ ਪਰਿਵਾਰ ਵਾਰਿਆ ਲੇਕਿਨ ਅਸੀਂ ਉਹਨਾਂ ਵਾਸਤੇ ਕਦੀ ਕੁਝ ਨਹੀਂ ਕੀਤਾ ਮੇਰੀ ਸੋਚ ਸੀ ਕਿ ਗੁਰੂ ਸਾਹਿਬ ਨੇ ਇੰਨਾ ਕੁਝ ਕੀਤਾ ਤੇ ਸਾਨੂੰ ਵੀ ਉਹਨਾਂ ਵਾਸਤੇ ਕੁਝ ਕਰਨਾ ਚਾਹੀਦਾ ਏ ਇਸ ਕਰਕੇ ਮੈਂ ਸਾਰਾ ਕੁਝ ਛੱਡ ਕੇ ਸਿੱਖੀ ਵੱਲ ਆ ਗਿਆ ਜੀ ਪਹਿਲਾਂ ਜਿਹੜੇ ਗੀਤ ਗਾਏ ਐ ਇੱਕ ਦੋ ਗੀਤਾਂ ਦੇ ਸਾਨੂੰ ਬੋਲ ਦੱਸੋ ਮੈਂ ਗਵਾਉਣੇ ਨਹੀਂ ਕਿਉਂਕਿ ਮੈਂ ਪ੍ਰਮੋਟ ਨਹੀਂ ਕਰਨਾ ਚਾਹੁੰਦਾ ਉਹ ਗੀਤ ਜਿਹੜੇ ਹੁਣ ਲਿਖਦੇ ਹਾਂ ਮੈਂ ਗਵਾਉਣੇ ਸਿਰਫ ਉਹੀ ਐ ਤੁਹਾਡੇ ਤੋਂ ਪਹਿਲਾਂ ਵਾਲੇ ਗੀਤਾਂ ਦੇ ਇੱਕ ਦੋ ਗੀਤਾਂ ਦੇ ਬੋਲ ਦੱਸ ਦਿਓ ਪਹਿਲਾਂ ਮੇਰਾ ਦੇਸੀ ਗਨ ਸੌਂਗ ਆਇਆ ਸੀਗਾ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਕਿ ਅੱਜ ਕੱਲ੍ਹ ਕਈ ਲੋਕ ਕਹਿੰਦੇ ਨੇ ਕਿ ਚੰਗੀ ਕਲਾਕਾਰੀ ਕਰਨੀ ਚਾਹੀਦੀ ਐ ਮੇਰਾ ਦੇਸੀ ਗਨ ਸੌਂਗ ਆਇਆ ਸੀਗਾ ਉਹਦੇ ਵਿੱਚ ਹਥਿਆਰਾਂ ਦੀ ਗੱਲ ਕੀਤੀ ਗਈ ਇੱਕ ਕੁੜੀ ਨੂੰ ਮੁੰਡਾ ਕਹਿ ਰਿਹਾ ਕਿ ਮੈਂ ਤੇਰੇ ਕਰਕੇ ਦੇਸੀ ਗਨ ਲੈ ਲਈਏ ਹਾਂ ਉਸ ਗਾਣੇ ਨੂੰ ਬਿਨਾ ਐਡ ਤੋਂ ਮਿਲੀਅਨ ਤੋਂ ਵੱਧ ਵਿਊ ਹੋ ਚੁੱਕੀ ਨੇ ਉਹਦੇ ਬਿਨਾ ਐਡ ਤੋਂ ਅਸੀਂ ਉਸ ਤੋਂ ਬਾਅਦ ਮੈਂ ਇੱਕ ਬਾਪੂ Song ਕੀਤਾ ਸੀਗਾ ਜਿਸ ਦਾ ਵਿਊ ਹੈਗਾ 40000 ਇਹ ਬਾਣੇ ਚੋਂ ਤੋਂ ਬਾਅਦ ਨਹੀਂ ਪਹਿਲਾਂ ਹੀ ਕੀਤਾ ਉਹ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਸੀਗੇ ਉਹਨਾਂ ਨੂੰ ਟ੍ਰਿਬਿਊਟ ਕੀਤਾ ਸੀਗਾ ਉਸ ਗਾਣੇ ਨੂੰ ਲੋਕਾਂ ਨੇ ਪਿਆਰ ਨਹੀਂ ਦਿੱਤਾ ਦੇਸੀ ਗਾਨਾ ਗਾਣਾ ਆਇਆ ਉਹਨੂੰ ਲੋਕਾਂ ਨੇ ਚੱਕਤਾ ਮਿਲੀਅਨ ਪਲੱਸ ਵਿਊ ਹੋ ਗਿਆ ਇਸ ਕਰਕੇ ਲੋਕ ਕਹਿੰਦੇ ਨੇ ਚੰਗਾ ਗਾਓ ਲੇਕਿਨ ਚੰਗੀ ਕਲਾਕਾਰੀ ਨੂੰ ਪਿਆਰ ਕਿਉਂ ਨਹੀਂ ਦਿੰਦੇ ਉਹ ਦੇਸੀ ਗੱਨ ਦੇ ਬੋਲ ਕੀ ਸੀ ਯਾਦ ਹੈ ਤੁਹਾਡੇ ਜੀ ਤੇਰੇ ਕਰਕੇ ਮੈਂ ਲੈ ਲਈ ਦੇਸੀ ਗੱਨ ਬਿੱਲੋ ਰਾਣੀਆਂ ਨਹੀਂ ਵੇਖੀ ਮੈਂ ਕਰਾਉਂਦਾ ਤਨ ਤਨ ਤੁਹਾਨੂੰ ਅੱਜ ਮਹਿਸੂਸ ਹੁੰਦਾ ਵੀ ਕਿਉਂ ਗਾਏ ਐਸੇ ਗੀਤ ਮਹਿਸੂਸ ਹੁੰਦਾ ਹੈ ਜੀ ਬਿਲਕੁਲ ਵੇਖੋ ਕੁਝ ਲੋਕ ਹੁੰਦੇ ਨੇ ਸਾਡੇ ਨਾਲ ਜੁੜੇ ਮੈਂ ਪਹਿਲਾਂ ਇੱਕ ਬਾਪੂ ਸੌਂਗ ਕੀਤਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਉਸ ਤੋਂ ਪਹਿਲਾਂ ਵੀ ਇੱਕ ਹੋਰ ਸੌਂਗ ਕੀਤਾ ਸੀਗਾ ਮੈਨੂੰ ਕੋਈ ਸਲਾਹ ਦੇਣ ਵਾਲੇ ਬੰਦੇ ਕਹਿੰਦੇ ਕਿ ਤੂੰ ਨਾ ਯਾਰ ਕੋਈ ਕਮਰਸ਼ਲ ਸੌਂਗ ਕਰ ਜਿੱਦਾਂ ਅੱਜਕੱਲ ਹਥਿਆਰਾਂ ਤੇ ਸੌਂਗ ਚੱਲਦੇ ਨੇ ਸਾਰੇ ਸਿੰਗਰ ਜਿੱਦਾਂ ਹਥਿਆਰਾਂ ਤੇ ਗਾਉਂਦੇ ਨੇ ਮੈਂ ਫਿਰ ਜਿੱਦਾਂ ਕਹਿ ਦਈਏ ਨਾ ਕਿ ਕੁਝ ਜਦੋਂ ਲੋਕ ਮੋਟੀਵੇਟ ਕਰਦੇ ਨੇ ਕਹਿੰਦੇ ਨੇ ਯਾਰ ਤੂੰ ਐਸਾ ਕੁਝ ਕਰ ਇਸ ਕਰਕੇ ਮੈਂ ਉਹ ਦੇਸੀ ਗਨ Song ਕੀਤਾ ਸੀਗਾ ਲੇਕਿਨ ਅੱਜ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਚਲੋ ਜੋ ਮੈਂ ਗਲਤ ਕਰ ਚੁੱਕਾ ਐ ਮੈਂ ਹੁਣ ਅੱਛਾ ਕਰਨ ਦੀ ਕੋਸ਼ਿਸ਼ ਕਰੂੰਗਾ ਬਾਪੂ Song ਜਿਹੜਾ ਉਹ ਉਹ ਕਦੋਂ ਲਿਖਿਆ ਉਹ ਕਿਉਂ ਲਿਖਿਆ ਜੀ ਮੇਰੇ ਫਾਦਰ ਸਾਹਿਬ 2013 ਵਿੱਚ ਉਹਨਾਂ ਦੀ ਮੌਤ ਹੋ ਗਈ ਸੀਗੀ ਉਹਨਾਂ ਨੂੰ ਇੱਕ ਟ੍ਰਿਬਿਊਟ ਲਿਖਿਆ ਸੀ ਮੈਂ ਹੂੰ ਬਾਪੂ Song ਕਿਉਂਕਿ ਜਦੋਂ ਬੰਦੇ ਦੀ ਸਿਚੁਏਸ਼ਨ ਜਿੱਦਾਂ ਦੀ ਹੁੰਦੀ ਹੈ ਉਦਾਂ ਦਾ ਲਿਖਿਆ ਜਾਂਦਾ ਹੈ ਇਸ ਕਰਕੇ ਮੈਂ ਬਾਪੂ song ਲਿਖਿਆ ਜੀ ਸੁਣਾ ਦਿਓ ਗੀਤ ਜੀ ਠੀਕ ਹੈ ਜੀ ਉਹ song ਮੇਰੇ ਦਿਲ ਦੇ ਕਰੀਬ ਹੈ ਜੀ ਕਿਸ ਨੂੰ ਦਿਲ ਦਾ ਹਾਲ ਸੁਣਾਏ ਚਿਤ ਕਰੇ ਆਪਾਂ ਵੀ ਮਰ ਜਾਈਏ ਕਿਸ ਨੂੰ ਦਿਲ ਦਾ ਹਾਲ ਸੁਣਾਏ ਚਿਤ ਕਰੇ ਆਪਾਂ ਵੀ ਮਰ ਜਾਈਏ ਤੇਰੇ ਨਾਂ ਸੀ ਜੱਗ ਉੱਤੇ ਸਰਦਾਰੀਆਂ ਕਿਉ ਬਾਪੂ ਛੋਟੀ ਉਮਰ ਦੇ ਗਿਆ ਹੈ ਸਭ ਜ਼ਿੰਮੇਵਾਰੀਆਂ ਕਿਉ ਬਾਪੂ ਛੋਟੀ ਉਮਰ ਦੇ ਗਿਆ ਹੈ ਸਭ ਜ਼ਿੰਮੇਵਾਰੀਆਂ ਇਹ Song ਸੀ ਬਹੁਤ ਕੁਵੇ ਦਾ ਹੋਰ ਕੋਈ ਟੱਪਾ ਯਾਦ ਹੈ ਤੁਹਾਡੇ ਗਾਣੇ ਦਾ ਜੀ ਹਾਂ ਬਿਲਕੁਲ ਮਾਂ ਮੇਰੀ ਮੈਨੂੰ ਕਹੇ ਰਮਿੰਦਰਾ ਵੇਖੀ ਤੂੰ ਕਿਤੇ ਡੋਲੀ ਨਾ ਪਿਓ ਆਪਣੇ ਦੀ ਚਿੱਟੀ ਪੱਗ ਨੂੰ ਪੈਰਾਂ ਦੇ ਵਿੱਚ ਰੋਲੀ ਨਾ ਪੈਰਾਂ ਦੇ ਵਿੱਚ ਰੋਲੀ ਨਾ ਤੇਰੇ ਉੱਤੇ ਲਾ ਕੇ ਬੈਠੀ ਆਸਾਂ ਸਾਰੀਆਂ ਕਿਉਂ ਬਾਪੂ ਛੋਟੀ ਉਮਰ ਦੇ ਗਿਆ ਹੈ ਸਭ ਜ਼ਿੰਮੇਵਾਰੀਆਂ ਕਿਉਂ ਬਾਪੂ ਛੋਟੀ ਉਮਰ ਦੇ ਗਿਆ ਹੈ ਸਭ ਜ਼ਿੰਮੇਵਾਰੀਆਂ ਇਹ Song sai ਰਮਿੰਦਰ ਬਹੁਤ ਖੂਬਸੂਰਤ ਲਿਖਿਆ ਬਹੁਤ ਸੋਹਣਾ ਗਾਣਾ ਹੈ ਜੀ ਚੱਲਿਆ ਨਹੀਂ ਹੈ ਗਾਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਅਸਲੀ ਚੀਜ਼ ਜਿਹੜੀ ਆ ਜੋ ਚੀਜ਼ ਪਰਿਵਾਰ ਨੂੰ ਸੇਧ ਦੇਣ ਵਾਲੀ ਆ ਸਾਡੇ ਕਲਚਰ ਨੂੰ ਸੇਧ ਦੇਣ ਵਾਲੀ ਆ ਲੋਕ ਉਹਨੂੰ ਪਿਆਰ ਨਹੀਂ ਕਰਦੇ ਗੱਲਾਂ ਕਰਦੇ ਨੇ ਹੂੰ ਕਹਿ ਦਿੰਦੇ ਨੇ ਤੂੰ ਇਦਾਂ ਦਾ ਗਾਇਆ ਇਦਾਂ ਦਾ ਕਿਉਂ ਗਾਇਆ ਇਦਾਂ ਦਾ ਕਿਉਂ ਗਾਇਆ ਚੰਗੀ ਚੀਜ਼ ਆਉਂਦੀ ਆ ਤੁਸੀਂ ਉਹਨੂੰ ਸਪੋਰਟ ਕਿਉਂ ਨਹੀਂ ਕਰਦੇ ਕਿੰਨੇ ਵਿਊਜ਼ ਨੇ YouTube ਤੇ 40000 ਪਲੱਸ ਹੋਊਗਾ ਜੀ ਔਰ ਉਹ ਜਿਹੜਾ ਦੂਜਾ ਗਾਣਾ ਸੀਗਾ ਜਿਹੜਾ ਦੇਸੀ ਗਨ ਦੇਸੀ ਗਨ ਜਿਹੜਾ ਹਥਿਆਰਾਂ ਵਾਲਾ ਉਹਦੇ ਕਿੰਨੇ ਮਿਲੀਅਨ ਪਲੱਸ ਹੋ ਗਿਆ ਜੀ ਬਿਨਾਂ ਐਡ ਤੋਂ ਬਿਨਾਂ ਐਡ ਤੋਂ ਮਿਲੀਅਨ ਪਲੱਸ ਬਿਲਕੁਲ ਕੋਈ ਐਡ ਨਹੀਂ ਕੀਤੀ ਜੀ ਉਹਦੀ YouTube ਤੇ ਪਾਤਾ ਮਿਲੀਅਨ ਪਲੱਸ ਹੈ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਜਦੋਂ ਹੁਣ ਦੇਖਦੇ ਹੋ ਤੇ ਪੁਰਾਣੀ ਕੋਈ ਤਸਵੀਰ ਦੇਖਦੇ ਹੋ ਉਦੋਂ ਦਿਲ 'ਚ ਕੀ ਆਉਂਦਾ ਦੇਖੋ ਹੁਣ ਤੇ ਕਹਿ ਸਕਦੀਆਂ ਨਾ ਜੀ ਇੱਕ ਜਿੱਦਾਂ ਬਗਿਆੜ ਤੇ ਸ਼ੇਰ 'ਚ ਬੜਾ ਫਰਕ ਹੁੰਦਾ ਹੁਣ ਮੈਂ ਆਪਣੇ ਆਪ ਨੂੰ ਸ਼ੇਰ ਮਹਿਸੂਸ ਕਰਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਹੁਣ ਮੈਨੂੰ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਬਾਕੀ ਕੁਝ ਲੋਕ ਰੁੱਟੇ ਨੇ ਮੇਰੇ ਨਾਲੋਂ ਕਈ ਲੋਕਾਂ ਨੇ ਲੋਕਾਂ ਨੇ ਲੋਕੀ ਬੋਤ ਕਈ ਲੋਕਾਂ ਨੇ ਮੈਨੂੰ ਫੋਨ ਤੇ ਕਿ ਆ ਰਮਿੰਦਰ ਤੂੰ ਲਾਈਨ ਕਿਉਂ ਚੇਂਜ ਕਰਤੀ ਤੂੰ ਇਹ ਆਪਣਾ ਕੈਰੀਅਰ ਖਰਾਬ ਕਰ ਲਿਆ ਮੈਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਉਹਨਾਂ ਦੀਆਂ ਗੱਲਾਂ 'ਤੇ ਧਿਆਨ ਹੀ ਨਹੀਂ ਦਿੱਤਾ ਉਹ ਅੱਜ ਵੀ ਕਹਿੰਦੇ ਆ ਕਿ ਉਹੋ ਜਿਹੀ ਗੀਤ ਗਾਓ ਬਿਲਕੁਲ ਉਹ ਕਹਿੰਦੇ ਨੇ ਤੂੰ ਉਦਾਂ ਦੇ ਗਾਣੇ ਗਾਉਂਦਾ ਤੂੰ ਫਿੱਟ ਹੋ ਜਾਣਾ ਸੀਗਾ ਤੂੰ ਐ ਹੋ ਜਾਣਾ ਸੀਗਾ ਮੈਂ 2 ਸਾਲ ਸਿੰਗਿੰਗ ਬਿਲਕੁਲ ਬੰਦ ਕਰ ਦਿੱਤੀ ਸੀਗੀ ਮੈਂ ਕਿਹਾ ਮੈਂ ਨਹੀਂ ਗਾਉਣਾ ਇਦਾਂ ਦਾ ਹੁਣ ਕੁਝ ਜਿਹੜੇ ਚੰਗੇ ਸੁਣਨ ਵਾਲੇ ਲੋਕ ਨੇ ਉਹ ਮੈਨੂੰ ਕਹਿੰਦੇ ਨੇ ਕਿ ਤੂੰ ਚੰਗਾ ਲੈ ਕੇ ਆ ਕੁਝ ਮਾਰਕੀਟ 'ਚ ਚੰਗਾ ਕਰੋ ਕੁਝ ਇਸ ਕਰਕੇ ਮੈਂ ਦੁਬਾਰਾ ਆਪਣੇ ਆਪ ਨੂੰ ਰਿਪਰੈਜ਼ੈਂਟ ਰਿਪਰੈਜ਼ੈਂਟ ਕਰਨਾ ਚਾਹੁੰਦਾ ਕੰਪਨੀਆਂ ਕੋਲ ਨਹੀਂ ਜਾਂਦੇ ਤੁਸੀਂ ਹਲੇ ਇੰਨੇ ਮਸ਼ਹੂਰ ਨਹੀਂ ਹੋਏ ਤੁਸੀਂ ਫੇਮਸ ਨਹੀਂ ਹੋਏ ਮੈਨੂੰ ਲੱਗਦਾ ਇੰਟਰਵਿਊ ਵੀ ਪਹਿਲਾ ਹੈ ਤੁਹਾਡਾ ਇਹ ਜੀ 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 ਬਿਲਕੁਲ ਤੁਸੀਂ ਫੇਮਸ ਹੋਣਾ ਹੈ ਤਾਂ ਤੁਸੀਂ ਤੁਹਾਨੂੰ ਨਹੀਂ ਲੱਗਦਾ ਉਹੋ ਜਿਹੇ ਗੀਤ ਤੁਹਾਨੂੰ ਗਾਉਣੇ ਪੈਣਗੇ ਦੀ ਹੁਣ ਜੀ ਮੈਂ ਉਹੋ ਜਿਹਾ ਕੁਝ ਨਹੀਂ ਕਰਨਾ ਨਹੀਂ ਕਰਨਾ ਨਹੀਂ ਬਿਲਕੁਲ ਕਿਉਂਕਿ ਮੈਂ ਕੰਪਨੀਆਂ ਕੋਲ ਜਾ ਕੇ ਦੇਖ ਲਿਆ ਹੂੰ ਬਹੁਤ ਸਾਰੀਆਂ ਕੰਪਨੀਆਂ ਦੇ ਕੋਲ ਜਾ ਕੇ ਦੇਖਿਆ ਉਹ ਕੀ ਕਹਿੰਦੇ ਆ ਇਹ ਪਹਿਲਾਂ ਗਾਣਾ ਸੁਣਦੇ ਆ ਤੁਹਾਡਾ ਗਾਣਾ ਸੁਣ ਤੋ ਵਾਦਾ ਕਹਿੰਦੇ ਨੇ ਐਨੇ ਪੈਸੇ ਲੈ ਆਓ ਹੂੰ ਕਲਮ ਵੀ ਸਾਡੀ ਗਾਣਾ ਵੀ ਸਾਡਾ ਫਿਰ ਵੀ ਸਾਡੇ ਕੋ ਕਿੰਨੇ 20-20 ਲੱਖ ਗਾਣਾ ਗਾਉਣ ਦੇ ਤੁਹਾਡੇ ਤੋਂ ਹੀ ਪੈਸੇ ਕਿ ਤੁਹਾਡਾ ਹੀ ਗਾਣਾ ਹੈ ਗਾਣਾ ਦੇ ਰਹੇ ਹਾਂ ਔਰ ਤੁਹਾਡੇ ਤੋਂ ਹੀ ਪੈਸਾ ਲੈ ਰਹੇ ਆ ਕਿ ਪੈਸਾ ਦਿਓ ਤਾਂ ਗਾਵਾਂਗੇ ਭਾਜੀ ਅੱਜ ਕੱਲ 20 ਲੱਖ ਤੋਂ ਥੱਲੇ ਤਾਂ ਟਰੈਕ ਨਹੀਂ ਬਣਦਾ ਪਿਆ ਵੀਡੀਓ ਆਡੀਓ ਪਲੱਸ ਉਹਦਾ ਚੈਨਲ ਤੇ ਐਡ ਦੀ 20 ਲੱਖ ਰੁਪਏ ਲੱਗਦਾ ਜਿਹੜੀ ਮਰਜ਼ੀ ਕੰਪਨੀ ਕੋ ਚੱਲ ਜਾਓ ਔਰ ਗੀਤਕਾਰ ਫੇਮਸ ਜਿਹੜੇ ਸਿੰਗਰ ਨੇ ਉਹਨਾਂ ਨੂੰ ਪੈਸਾ ਦੇ ਕੇ ਗੀਤ ਗਵਾਉਂਦੇ ਉਹਨਾਂ ਤੋਂ ਦੇਖੋ ਜੀ ਅੱਜ ਕੱਲ ਜੋ ਦਿੱਖਤਾ ਹੈ ਉਹ ਵਿਕਤਾ ਹੈ ਅੱਜ ਕੱਲ ਜੋ ਦੇਖਨੇ ਆਇਆ ਉਹ ਵਿਕ ਰਿਹਾ ਹੈ ਅੱਜ ਕੱਲ ਫੇਮਸ ਬੰਦੇ ਨੂੰ ਪੈਸਾ ਦੇ ਰਹੇ ਨੇ ਲੇਕਿਨ ਜਿਹਦੇ ਵਿੱਚ ਕੁਆਲਿਟੀਜ਼ ਹੈਗੀਆਂ ਨੇ ਜਿਹਦੀਆਂ ਵਿੱਚ ਉਹ ਚੀਜ਼ਾਂ ਹੈਗੀਆਂ ਨੇ ਜਿਹਦੇ ਵਿੱਚ ਪੂਰਾ ਮੋਟੀਵੇਟ ਹੋਇਆ ਹੈ ਬੰਦਾ ਜਿਹਨੂੰ ਕਲਚਰ ਦੇ ਨਾਲ ਰਿਲੇਟਡ ਲਿਖਦਾ ਆ ਉਹਦਾ ਮੁੱਲ ਨਹੀਂ ਪੈਂਦਾ ਕੋਈ ਗੀਤ ਸੁਣਾ ਦਿਓ ਆਪਣਾ ਤੁਸੀਂ ਕਹਿ ਰਹੇ ਹੋ ਕਿ ਚੰਗਾ ਲਿਖਦੇ ਹੋ ਤਾਂ ਚੰਗਾ ਸੁਣਾਓ ਸਾਨੂੰ ਕਿ ਕੈਸਾ ਲਿਖਦੇ ਹੋ ਦੇਖੋ ਜੀ ਮੈਂ ਇੱਕ ਸੌਂਗ ਲਿਖਿਆ ਜੋ ਅੱਜ ਕੱਲ ਦੇ ਸਮੇਂ ਦੇ ਹਿਸਾਬ ਦੇ ਨਾਲ ਹਮ ਇੱਕ ਪੁੱਤਰ ਆਪਣੇ ਪਿਓ ਨੂੰ ਕਹਿੰਦਾ ਕਿ ਮੈਨੂੰ ਬਾਹਰ ਭੇਜ ਦਿਓ ਉਹਦਾ ਕੀ ਕਰਨਿਆ ਜੋ ਅੱਜ ਕੱਲ ਦਾ ਸਮਾਂ ਚੱਲਦਾ ਪਿਆ ਉਹ ਤੋਂ ਦੁਖੀ ਹੋ ਕੇ ਕਹਿ ਰਿਹਾ ਉਹਦੇ ਦੋ ਲਾਈਨਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਉਹ ਗਾਣਾ ਬਹੁਤ ਹੀ ਮੇਰੇ ਦਿਲ ਦੇ ਕਰੀਬ ਆ ਪੁੱਤੇ ਆਖਦਾ ਏ ਬਾਪੂ ਇੱਕ ਕੰਮ ਕਰ ਦੇ ਬਾਰ ਭੇਜ ਦੇਤੇ ਪਹਿਲੀ 파ਵੇਂ ਗਹਿਣੇ ਤਰਦੇ ਪੁੱਤ ਆਖਦਾ ਏ ਬਾਪੂ ਇੱਕ ਕੰਮ ਕਰ ਦੇ ਬਾਰ ਭੇਜ ਦੇਤੇ ਪਹਿਲੀ 파ਵੇਂ ਗਹਿਣੇ ਤਰਦੇ ਰੁੱਲ ਜਾਵੇ ਨਾ ਜਵਾਨੀ ਓਏ ਬਜ਼ੁਰਗਾ ਨਸ਼ੇ ਵਾਲੇ ਗੰਦੇ ਇਸਮਾਜ ਚ ਦੁਖੀ ਹੋ ਕੇ ਪੁੱਤ ਕਹਿੰਦਾ ਬਾਪ ਨੂੰ ਮੈਂ ਨਹੀਂ ਹੁਣ ਰਹਿਣਾ ਏ ਪੰਜਾਬ ਚ ਦੁਖੀ ਹੋ ਕੇ ਪੁੱਤ ਕਹਿੰਦਾ ਬਾਪ ਨੂੰ ਮੈਂ ਨਹੀਂ ਹੋਣ ਰਹਿਣਾ ਏ ਪੰਜਾਬ ਚ ਇਹ ਗੀਤ ਕਿਸੇ ਗਾਇਕ ਨੇ ਤੁਹਾਡੇ ਤੋਂ ਲਿਆ ਨਹੀਂ ਮੈਂ ਦਿੱਤਾ ਹੀ ਨਹੀਂ ਜੀ ਕਿਸੇ ਨੂੰ ਕਲਾਕਾਰ ਚੰਗਾ ਜਿਹੜਾ ਹੈ ਉਹਨੂੰ ਆਪਾਂ ਗਾਣਾ ਦਿੰਨੇ ਆ ਨਾਲ ਪੈਸੇ ਦੇਨੇ ਪੈਂਦੇ ਆ ਮੇਰੀ ਦੋ ਤਿੰਨ ਕਲਾਕਾਰਾਂ ਨਾਲ ਗੱਲ ਹੋਈ ਸੀ ਅੱਜ ਤੋਂ 4 ਸਾਲ ਪਹਿਲਾਂ ਮੈਂ ਕਿਹਾ ਮੈਂ ਕਿਹਾ ਜੀ ਮੈਂ ਚੰਗੇ ਗਾਣੇ ਲਿਖਦਾ ਆ ਕਹਿੰਦੇ ਕੀ ਸਬੂਤ ਆ ਮੈਂ ਗਾਣਾ ਭੇਜਿਆ ਉਹਨਾਂ ਗਾਣਾ ਸੁਣਿਆ ਉਹ ਮੈਨੂੰ ਕਹਿੰਦੇ ਤੁਸੀਂ ਵੀਡੀਓ ਕਰ ਦੋ ਆਡੀਓ ਕਰ ਦੋ ਐਡ ਅਸੀਂ ਕਰ ਦਾਂਗੇ ਹੁਣ ਇੱਕ ਬੰਦਾ ਇੱਕ ਮਿੰਟ ਦਾ ਮੈਂ ਗਾਣਾ ਲਿਖ ਰਿਹਾ ਹੂੰ ਉਹਦਾ ਵੀਡੀਓ ਵੀ ਮੈਂ ਕਰਾਂ ਉਹਨੂੰ ਰਿਕਾਰਡ ਵੀ ਮੈਂ ਕਰਵਾਵਾਂ ਤੇ ਉਹਦੇ ਨਾਲੋਂ ਚੰਗਾ ਤਾਂ ਫਿਰ ਮੈਂ ਆਪ ਹੀ ਗਾਲਾਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਬਦਲਾਅ ਤੋਂ ਬਾਅਦ ਤੁਹਾਡੇ ਵਾਸਤੇ ਰਾਹ ਬਹੁਤ ਮੁਸ਼ਕਲ ਹੋ ਗਿਆ ਫੇਮਸ ਹੋਣਾ ਤੁਹਾਡੇ ਵਾਸਤੇ ਹੁਣ ਔਖਾ ਹੋ ਗਿਆ ਜਦੋਂ ਕਲੀਨ ਸ਼ੇਪ ਸੀਗੇ ਜਦੋਂ ਗੰਨ ਵਾਲੇ ਗਾਣੇ ਨੱਡੀਆਂ ਵਾਲੇ ਗਾਉਂਦੇ ਸੀ ਉਦੋਂ ਮਿਲੀਅਨ ਮਿਲੀਅਨ ਵਿਊਜ਼ ਆਉਂਦੇ ਸੀ ਹੁਣ 40000 ਤੇ ਸਿਮਟ ਕੇ ਰਹਿ ਗਏ ਵਿਊਜ਼ ਦੇਖੋ ਜੀ ਸਭ ਤੋਂ ਮੇਨ ਚੀਜ਼ ਹੁੰਦੀ ਬੰਦਾ ਕੰਮ ਕਾ ਦੇ ਲਈ ਕਰਦਾ ਆਪਣੇ ਦਿਲ ਨੂੰ ਸਕੂਨ ਵਾਸਤੇ ਹੁਣ ਮੇਰੀ ਕਲਾਕਾਰੀ ਆਪਣੇ ਆਪ ਨੂੰ ਸਕੂਨ ਵਾਸਤੇ ਆ ਮੈਂ ਚੰਗਾ ਗਾਉਂਗਾ ਚੰਗਾ ਲਿਖੂਗਾ ਮੇਰੇ ਦਿਲ ਨੂੰ ਸਕੂਨ ਆਉਣ ਵਾਸਤੇ ਮੈਂ ਲਿਖਿਆ ਕਰੂੰਗਾ ਮੈਂ ਉਹ ਚੀਜ਼ਾਂ ਨਹੀਂ ਲਿਖੂਗਾ ਕਿ ਜਿੱਦਾਂ ਹੁਣ ਮੈਂ ਸਰਦਾਰ ਬਣ ਗਿਆ ਤੇ ਹੁਣ ਮੈਂ ਲੈਕਚਰ ਗਾਣਾ ਕੋਈ ਨਹੀਂ ਲਿਖਣਾ ਨਾ ਮੈਂ ਲੈਕਚਰ ਗਾਉਣਾ ਸਰਦਾਰੀ ਤੇ ਗਾਣੇ ਗਾਉਂਗਾ ਥੋੜੇ ਵਾਸਤੇ ਪੈਸਾ ਜ਼ਰੂਰੀ ਨਹੀਂ ਹੈ ਦੇਖੋ ਜੀ ਪੈਸਾ ਜਿਹੜਾ ਆ ਉਹ ਕੋਈ ਐਮੀਅਤ ਨਹੀਂ ਰੱਖਦਾ ਹਾਂ ਕੁਛ ਹੱਦ ਤੱਕ ਪੈਸਾ ਚਾਹੀਦਾ ਆ ਪਰ ਪੈਸਾ ਹਰ ਇੱਕ ਜਗ੍ਹਾ ਦੇ ਉੱਤੇ ਨਹੀਂ ਸਾਡੇ ਨਾਲ ਸਪੋਰਟ ਕਰਦਾ ਕਿਉਂਕਿ ਸਾਡੇ ਵਿੱਚ ਜੇ ਟੈਲੈਂਟ ਹੈ ਨਾ ਤਾਂ ਜ਼ਰੂਰ ਕਿਸੇ ਨਾ ਕਿਸੇ ਦਿਨ ਅਸੀਂ ਸਫਲ ਹੋਵਾਂਗੇ ਇਹ ਮੈਂ ਆਸ ਰੱਖਦਾ ਇਸ ਚੀਜ਼ ਦੀ ਕੀ ਇਸ ਮੱਖਣ ਸਾਹਿਬ ਵਿੱਚ ਵੀ ਬਦਲਾਅ ਆਇਆ ਇੰਨੇ ਸਾਲਾਂ ਬਾਅਦ ਉਹਨਾਂ ਨੇ ਆਪਣਾ ਸਰੂਪ ਬਦਲਿਆ ਤੁਸੀਂ ਵੀ ਉਸੇ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦੇਖ ਕੇ ਹੋਰ ਨੌਜਵਾਨ ਵੀ ਜਿਹੜੇ ਆ ਉਹ ਗੀਤ ਬਦਲਣਗੇ ਆਪਣੇ ਆਪਣਾ ਬਾਣਾ ਬਦਲਣਗੇ ਬਦਲਣਾ ਚਾਹੀਦਾ ਹੈ ਜੀ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਸਾਡਾ ਪਹਿਰਾਵਾ ਹੈ ਸਭ ਤੋਂ ਪਹਿਲਾਂ ਸਾਡਾ ਕਲਚਰ ਹੈ ਜੇਕਰ ਅਸੀਂ ਆਪਣੇ ਕਲਚਰ ਨੂੰ ਪਿਆਰ ਨਹੀਂ ਕਰਦੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਲਖ ਤੁਸੀਂ ਗੰਦੇ ਗਾਣੇ ਗਾ ਲੋ ਦਿਨਾਲੀਆਂ ਵਾਲੇ ਗਾਣੇ ਗਾ ਲੋ ਤੁਹਾਨੂੰ ਸਕੂਨ ਨਹੀਂ ਆਊਗਾ ਚੰਗਾ ਗਾਣਾ ਤੁਸੀਂ ਮਾਂ ਤੇ ਗਾ ਕੇ ਵੇਖ ਲੋ ਆਪਣੇ ਬਾਪ ਤੇ ਗਾ ਕੇ ਵੇਖ ਲੋ ਆਪਣੇ ਰਿਸ਼ਤੇਦਾਰ ਤੇ ਗਾ ਕੇ ਵੇਖ ਲੋ ਗੁਰੂ ਸਾਹਿਬ ਦੀ ਕੋਈ ਗੁਰਬਾਣੀ ਜੋ ਸ਼ਬਦ ਗਾ ਕੇ ਵੇ ਲੋ ਤੁਹਾਨੂੰ ਸਕੂਨ ਮਿਲੇਗਾ ਐਨਾਂ ਚੀਜ਼ਾਂ 'ਚ ਸਕੂਨ ਨਹੀਂ ਆ ਪੈਸਾ ਹੈ ਸਿਰਫ ਪੈਸਾ ਆਇਆ ਪੈਸਾ ਕਮਾ ਲਓ ਪੈਸਾ ਬੰਦਾ ਦੁਨੀਆ ਤੋਂ ਖਤਮ ਹੋ ਜਾਂਦਾ ਆ ਪੈਸਾ ਨਾਲ ਨਹੀਂ ਜਾਂਦਾ ਪੈਸਾ ਤਾਂ ਇੱਥੇ ਰਹਿ ਜਾਊਗਾ ਨਾ ਤਸੱਲੀ ਆ ਤੁਹਾਨੂੰ ਜੋ ਕੀਤਾ ਬਿਲਕੁਲ ਜੀ ਬਿਲਕੁਲ ਹੁਣ ਮੈਂ ਬਿਲਕੁਲ 100% ਤਸੱਲੀ ਹੈ ਜੀ ਬਿਲਕੁਲ ਮੈਨੂੰ ਕੀ ਪਰਿਵਾਰ ਦੇ ਕੀ ਕਹਿੰਦੇ ਤੁਹਾਡਾ ਪਰਿਵਾਰ ਆਪਣਾ ਕੀ ਕਹਿੰਦਾ ਵੇਖੋ ਜੀ ਪਰਿਵਾਰ ਵਾਲਿਆਂ ਨੇ ਪਹਿਲਾਂ ਮੈਂ ਕੁਝ ਪੈਸੇ ਖਰਾਬ ਕਰ ਚੁੱਕਾ ਹੂੰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਮੈਂ ਦੱਸਣਾ ਚਾਹੁੰਦਾ ਕਿ ਮੈਂ ਕੁਝ 2-4 ਲੱਖ ਰੁਪਇਆ ਖਰਾਬ ਕਰ ਚੁੱਕਾ ਪਹਿਲਾਂ ਮੇਰੇ ਮਦਰ ਕਹਿੰਦੇ ਨੇ ਕਿ ਤੂੰ ਕਿਉਂ ਪੈਸੇ ਖਰਾਬ ਕਰਦਾ ਆ ਕੁਛ ਚੰਗਾ ਕੋਈ ਬਿਜ਼ਨਸ ਕਰ ਲੈ ਕੋਈ ਮਾੜਾ ਮੋਟਾ ਹਮ ਪਰ ਜੇ ਮੈਂ ਦਿਲ ਦਾ ਕੀੜਾ ਹੈ ਨਾ ਜਿਹੜਾ ਅੰਦਰ ਕੀੜਾ ਆ ਜਿਹੜਾ ਲਿਖਣ ਦਾ ਗਾਉਣ ਦਾ ਉਹ ਜਾਂਦਾ ਨਹੀਂ ਇਸ ਕਰਕੇ ਮੈਂ ਚੰਗਾ ਜਦੋਂ ਕੋਈ ਗੀਤ ਕੋਈ ਲਾਊਗਾ ਹੀ ਨਹੀਂ ਜਦੋਂ ਕੋਈ ਗਾਊਗਾ ਹੀ ਨਹੀਂ ਤੁਹਾਡੇ ਲਿਖੇ ਹੋਏ ਗੀਤ ਫਿਰ ਉਹ ਗੀਤਕਾਰੀ ਦੇ ਮਾਇਨੇ ਕੀ ਹੈ ਦੇਖੋ ਜੀ ਸਰਤਾਜ ਜੀ ਨੇ ਬੋਲਿਆ ਆਬਾਦਤ ਕਰ ਆਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਸਿੰਗਰ ਜਿਹੜੇ ਕਹਿੰਦੇ ਨੇ ਕਿ ਅਸੀਂ ਗਾਣਾ ਲੈਂਦੇ ਨਹੀਂ ਮੈਂ ਉਹਨਾਂ ਨੂੰ ਸਿੰਗਰਾਂ ਨੂੰ ਗਾਣਾ ਦੇਣਾ ਵੀ ਨਹੀਂ ਚਾਹੁੰਦਾ ਮੈਂ ਆਪ ਗਾਉਂਗਾ ਚੰਗੀਆਂ ਚੀਜ਼ਾਂ ਲੈ ਕੇ ਮਾਰਕੀਟ 'ਚ ਆਉਂਗਾ ਮੈਨੂੰ ਆਸ ਹੈ ਕਿ ਲੋਕ ਮੈਨੂੰ ਬਹੁਤ ਪਿਆਰ ਦੇਣਗੇ ਕੋਈ ਗੀਤ ਸੁਣਾ ਦਿਓ ਅੱਛਾ ਕੀ ਇੱਕ ਪ੍ਰੂਣ ਹੱਤਿਆ ਤੇ ਤੁਸੀਂ ਦੱਸ ਰਹੇ ਸੀ ਇੰਟਰਵਿਊ ਤੋਂ ਪਹਿਲਾਂ ਕਿ ਕੋਈ ਗੀਤ ਲਿਖਿਆ ਇੱਕ ਵਧੀਆ ਫੈਮਲੀ ਦੇ ਵਿੱਚ ਇੱਕ ਸੋਚ ਹੁੰਦੀ ਹੈ ਕਿ ਸਾਡੀ ਫੈਮਲੀ ਵਿੱਚ ਇੱਕ ਪਰਿਵਾਰ ਨੂੰ ਸੰਭਾਲਣ ਵਾਸਤੇ ਜਾਂ ਬਿਜ਼ਨਸ ਸੰਭਾਲਣ ਵਾਸਤੇ ਸਾਡਾ ਵਾਰਿਸ ਚਾਹੀਦਾ ਇਦਾਂ ਦਾ ਗਾਣਾ ਹੈ ਇੱਕ ਸੱਸ ਆਪਣੀ ਨੌ ਨੂੰ ਕਹਿੰਦੀ ਹੈ ਕਿ ਤੂੰ ਆਪਣਾ ਟੈਸਟ ਕਰਵਾ ਬੇਟਾ ਹੈ ਕਿ ਬੇਟੀ ਉਹ ਜਦੋਂ ਟੈਸਟ ਕਰਾਉਂਦੇ ਆ ਤੇ ਪਤਾ ਲੱਗ ਜਾਂਦਾ ਕਿ ਬੇਟੀ ਹੈ ਉਹ ਸੱਸ ਕਹਿੰਦੀ ਹੈ ਨੌ ਨੂੰ ਕਿ ਤੁਸੀਂ ਕੱਲ ਨੂੰ ਅਬੋਰਸ਼ਨ ਕਰਾ ਦਿਓ ਇਹਨੂੰ ਖਤਮ ਕਰ ਦਿਓ ਰਾਤ ਨੂੰ ਜਦੋਂ ਮਾਂ ਸੌਂਦੀ ਹੈ ਉਹਦੇ ਸੁਪਨੇ ਵਿੱਚ ਆ ਕੇ ਉਹ ਛੋਟੀ ਜੀ ਨੰਨੀ ਜੀ ਬੱਚੀ ਕੀ ਕਹਿ ਰਹੀ ਹੈ ਉਸ ਦਾ ਮੈਂ ਤੁਹਾਨੂੰ ਉਸ ਗਾਣੇ ਦੀਆਂ ਚਾਰ ਲਾਈਨਾਂ ਸੁਣਾਉਣਾ ਆਨੇ ਜੰਮੀ ਤੀ ਤੈਨੂੰ ਬੇਣਤੀਆਂ ਕਰਦੀ ਹਾਏ ਤੇਰੇ ਤੋਂ ਬਿਗੈਰ ਮੇਰਾ ਹੋਰ ਨਾ ਕੋਈ ਦਰਦੀ ਤੂੰ ਹੀ ਵੇਖ ਲੈ ਬਾਪੂ ਨੂੰ ਸਮਝਾ ਕੇ ਤੂੰ ਹੀ ਵੇਖ ਲੈ ਬਾਪੂ ਨੂੰ ਸਮਝਾ ਕੇ ਨੀ ਮਾਏ ਤੈਨੂੰ ਕੀ ਮਿਲਜੂ ਮੈਨੂੰ ਕੁਖ ਵਿੱਚ ਕਤਲ ਕਰਾ ਕੇ ਨੀ ਮਾਏ ਤੈਨੂੰ ਕੀ ਮਿਲਜੂ ਮੈਨੂੰ ਕੁਖ ਵਿੱਚ ਕਤਲ ਕਰਾ ਕੇ ਨੀ ਮਾਏ ਤੈਨੂੰ ਕੀ ਮਿਲਜੂ ਸੋਚ 'ਚ ਵੀ ਤਬਦੀਲੀ ਆਈ ਏ ਲਿਖਣ ਬੈਠਦੇ ਹਾਂ ਜਦੋਂ ਪਹਿਲਾਂ ਕੀ ਸੋਚਦੇ ਸੀ ਹੁਣ ਕੀ ਸੋਚਦੇ ਹਾਂ ਪਹਿਲਾਂ ਜੋ ਮਨ ਚਾਹੁੰਦਾ ਹੀ ਲਿਖ ਦਿੰਦੇ ਸੀ ਹੁਣ ਲਿਖਣ ਲੱਗਿਆਂ 100 ਵਾਰੀ ਸੋਚੀਦਾ ਕਿ ਸਾਡੀ ਜਿਹੜੀ ਹੁਣ ਲਾਈਫ ਆ ਉਹਦੇ ਹਿਸਾਬ ਨਾਲ ਲਿਖਿਆ ਜਾਵੇ ਜਿਹੜੀਆਂ ਚੀਜ਼ਾਂ ਹੋਣਾ ਹੁਣ ਸ਼ੋਭਦੀਆਂ ਨੇ ਹੁਣ ਚੰਗੀਆਂ ਲੱਗਦੀਆਂ ਨੇ ਮੈਂ ਉਹਦਾਂ ਦਾ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਸਿਰ ਤੇ ਦਸਤਾਰ ਜਦੋਂ ਸਜਾਉਂਦੇ ਹਾਂ ਜੀ ਕੀ ਭਾਵ ਆਉਂਦੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਸ਼ੇਰ ਜਿਹੜਾ ਨਾ ਸ਼ੇਰ ਉਹਦੀ ਇੱਕ ਪਹਿਚਾਣ ਹੀ ਵੱਖਰੀ ਆ ਤੁਸੀਂ ਵੀ ਦਸਤਾਰ ਬੰਨੀ ਹੋਈ ਆ ਮਾਣ ਮਹਿਸੂਸ ਹੁੰਦਾ ਹੈ ਬਾਕੀ ਜਦੋਂ ਗੁਰੂ ਸਾਹਿਬ ਕਿਰਪਾ ਕਰਨ ਗੱਲ ਉਦੋਂ ਬਣਦੀ ਹੈ ਕਈ ਵਾਰੀ ਇਹ ਨਹੀਂ ਲੱਗਿਆ ਕਿ ਇੰਨੇ ਸਾਲ ਜ਼ਿੰਦਗੀ ਦੇ ਇਸ ਤਰ੍ਹਾਂ ਹੀ ਕੱਢ ਤੇ ਦਸਤਾਰ ਨਹੀਂ ਸਜਾਈ ਬਿਲਕੁਲ ਜੀ ਮਹਿਸੂਸ ਹੁੰਦਾ ਹੈ ਮਦਰ ਕਹਿੰਦੇ ਰਹੇ ਆ ਮੰਮੀ ਮੇਰੇ ਬਹੁਤ ਕਹਿੰਦੇ ਰਹੇ ਆ ਤੁਸੀਂ ਤੂੰ ਕੇਸ ਰੱਖ ਲਾ ਸਰਦਾਰ ਬਣ ਜਾ ਪਰ ਕਦੀ ਗੌਰ ਨਹੀਂ ਸੀ ਕੀਤਾ ਕਿਹੜਾ ਨਾ ਕਈ ਵਾਰੀ ਤਾਂ ਕਹਿ ਤਾ ਕਿ ਸਿਰਦਰਦ ਬਰਾ ਹੁੰਦਾ ਹੈ ਜੀ ਪਗਵਨਿਆ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਹੈ ਇਹ ਦੱਸ ਦਿਓ ਹੁਣ ਸਿਰਦਰਦ ਹੁੰਦਾ ਹੈ ਕਿ ਨਹੀਂ ਹੁੰਦਾ ਜਿਹੜੇ ਬਹੁਤ ਸਾਰੇ ਕਿਸ ਘਟਾ ਦਿੰਦੇ ਆ ਮੁੰਡੇ ਵੀ ਸਿਰਦਰਦ ਹੁੰਦਾ ਦਸਤਾਰ ਬਨਨ ਤੇ ਇਹ ਦੱਸ ਦਿਓ ਅੱਜ ਤੁਸੀਂ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਬੇਨਤੀ ਕਰਦਾ ਕਿ ਕਦੇ ਵੀ ਦਸਤਾਰ ਬਨਨਾ ਸਿਰਦਰਦ ਨਹੀਂ ਹੁੰਦਾ ਹੂੰ ਤੁਸੀਂ ਕਈ ਵਾਰੀ ਇਹ ਨਹੀਂ ਹੁੰਦਾ ਕਿ ਘਰ ਜਾਈਦਾ ਦਸਤਾਰ ਲਾਉਣੀ ਹੁੰਦੀ ਲਾਉਣ ਤੇ ਜੀ ਨਹੀਂ ਕਰਦਾ ਹੁੰਦਾ ਜਦੋਂ ਸੋਹਣੀ ਦਸਤਾਰ ਬੰਨੀ ਹੋਵੇ ਤੇ ਦਿਲ ਕਰਦਾ ਕਿ ਦਸਤਾਰ ਅੱਜ ਬਹੁਤ ਵਧੀਆ ਵੱਜੀ ਆ ਕਿਉਂ ਨਾ ਇੱਕ ਦੋ ਹੋਰ ਜਗ੍ਹਾ ਤੇ ਜਾ ਕੇ ਕਿਸੇ ਨੂੰ ਮਿਲ ਲਈ ਆਈਏ ਮਹਿਸੂਸ ਹੁੰਦਾ ਹੈ ਕੋਈ ਗੀਤ ਸੁਣਾ ਦਿਓ ਆਖਰ ਦੇ ਵਿੱਚ ਕੋਈ ਪਿਆਰਾ ਜਿਹਾ ਗੀਤ ਬੜੇ ਪਿਆਰੇ ਇਨਸਾਨ ਹੋ ਤੁਸੀਂ ਔਰ ਇਹ ਟਰਾਂਸਫਾਰਮੇਸ਼ਨ ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨ ਜਿਹੜੇ ਦੇਖ ਰਹੇ ਆ ਉਹਨਾਂ ਦੇ ਦਿਲ 'ਚ ਸ਼ਾਇਦ ਇਹ ਇੰਟਰਵਿਊ ਸੁਣਨ ਤੋਂ ਬਾਅਦ ਕੋਈ ਬਦਲਾਅ ਆਊਗਾ ਇੱਕ ਗੀਤ ਆਖਰ ਦੇ ਵਿੱਚ ਜ਼ਰੂਰ ਸੁਣਾਓ ਜੀ ਪਰਿਵਾਰ ਦੇ ਵਿੱਚ ਇੱਕ ਬੰਦਾ ਐਸਾ ਹੁੰਦਾ ਜਿਹੜਾ ਪਰਿਵਾਰ ਨੂੰ ਖੇਰੂ ਖੇਰੂ ਕਰ ਦਿੰਦਾ ਹੈ ਹੂੰ ਸ਼ਰੀਕ ਜਿਹੜਾ ਹੁੰਦਾ ਹੈ ਉਹ ਕਦੀ ਪਰਿਵਾਰ ਵਿੱਚ ਇਕੱਠਿਆ ਨਹੀਂ ਬੈਣ ਦਿੰਦਾ। ਹੂੰ। ਛੋਟੀ ਜੀ ਕਵਿਸ਼ਿ ਵਿੱਚ ਲਿਖੀ ਹੋਈ ਹੈ। ਹੂੰ। ਉਹਦੇ ਵਿੱਚ ਇੱਕ ਸ਼ਰੀਕ ਪਰਿਵਾਰ ਨੂੰ ਕਿਵੇਂ ਤੋੜ ਰਿਹਾ ਕਿੱਦਾਂ ਦੀ ਗੱਲ ਹੈ ਸਾਰੀ ਮੈਂ ਤੁਹਾਡੇ ਨਾਲ ਦੋ ਲਾਈਨਾਂ ਵਿੱਚ ਸੁਣਾਉਣਾ। ਵਸਦੇ ਘਰ ਨੂੰ ਜਦ ਕੋਈ ਪਲ ਦੇ ਵਿੱਚ ਉਜਾੜ ਦੇਵੇ ਬਣ ਕੇ ਲੂਤੀ ਫੂਕ ਕਿਸੇ ਦਾ ਟੱਬਰ ਪਾੜ ਦੇਵੇ ਹੋਰ ਤਾਂ ਸਮਝ ਨਹੀਂ ਆਉਂਦੀ ਸਾਰਾ ਇੰਡ ਸਮਝ ਆਉਂਦਾ ਏ ਕਹਿਣ ਸਿਆਣੇ ਕਹਿਣ ਸਿਆਣੇ ਕਰਦਾ ਭੇਤੀ ਲੰਕਾ ਟਾਉਂਦਾ ਏ ਕਹਿਣ ਸਿਆਣੇ ਕਰਦਾ ਭੇਤੀ ਲੰਕਾ ਟਾਉਂਦਾ ਏ ਭਾਜੀ ਮਾਂ ਤੇ ਵੀ ਲਿਖਿਆ ਕੁਝ ਮਾਂ ਤੇ ਮੈਂ ਸੌਂਗ ਲਿਖਿਆ ਹੋਇਆ ਇੱਕ ਪਰਦੇਸਾਂ ਵਿੱਚ ਬੈਠਾ ਹੋਇਆ ਪੁੱਤ ਆਪਣੀ ਮਾਂ ਨੂੰ ਯਾਦ ਕਰਦਾ ਹੈ ਹੂੰ ਉਹ ਉਦਾਂ ਦੀ ਕੰਡੀਸ਼ਨ ਹੁੰਦੀ ਹੈ ਕਿ ਕਹਿੰਦੇ ਕਿ ਮਾਂ ਤੇਰਾ ਪਿਆਰ ਨਹੀਂ ਭੁੱਲਦਾ ਪਰਦੇਸ ਵਿੱਚ ਬੈਠਾ ਉਹ ਇੱਕ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਹੈ ਵਿੱਚ ਪਰਦੇਸਾਂ ਬਹਿ ਕੇ ਰਹੁੰਦਾ ساری ਰਾਤ ਨਹੀਂ ਅੰਮੀਆਂ ਸੌਂਦਾ ਵਿੱਚ ਪਰਦੇਸਾਂ ਬਹਿ ਕੇ ਰਹੁੰਦਾ ساری ਰਾਤ ਨਹੀਂ ਅੰਮੀਆਂ ਸੌਂਦਾ ਬੈਠ ਸਮੁੰਦਰੋਂ ਪਾਰ ਨਹੀਂ ਮਾਂ ਤੇਰਾ ਪਿਆਰ ਨਹੀਂ ਭੁੱਲਦਾ ਮੂੜ ਮੂੜ ਆਉਂਦਾ ਆਜਾਦਨੀ ਮਾਂ ਤੇਰਾ ਪਿਆਰ ਨਹੀਂ ਭੁੱਲਦਾ ਹਾਂ ਮੂੜ ਮੂੜ ਆਉਂਦਾ ਆਜਾਦਨੀ ਮਾਂ ਤੇਰਾ ਪਿਆਰ ਨਹੀਂ ਭੁੱਲਦਾ ਭਾਜੀ ਇੰਡਸਟਰੀ ਦਾ ਸੱਚ ਕੀ ਆ ਅੱਜ ਦਾ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਾਇਦ ਨਹੀਂ ਪਤਾ ਸੀ ਜੋ ਅੱਜ ਤੁਸੀਂ ਦੱਸਿਆ ਕਿ ਗਾਇਕ ਗੀਤ ਲੈਣ ਦੇ ਗਾਉਣ ਦੇ ਪੈਸੇ ਲੈਂਦੇ ਆ ਅਕਸਰ ਸੁਣਿਆ ਸੀ ਕਿ ਗੀਤਕਾਰ ਨੂੰ ਤਾਂ ਪੈਸੇ ਦੇਣੇ ਪੈਂਦੇ ਗੀਤਕਾਰ ਪੈਸਾ ਲਾ ਕੇ ਸਿੰਗਰ ਦੇ ਉੱਤੇ ਗੀਤ ਕੱਢ ਰਿਹਾ ਤੁਸੀਂ ਇਹ ਗੱਲ ਦੱਸੀ ਹੈ ਇਹ ਸੱਚ ਹੈ ਕੀ ਇੰਡਸਟਰੀ ਦਾ ਤੁਸੀਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਹੋਣੀਆਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜਿਹੜਾ ਲੇਖਕ ਆ ਉਹ ਰੋਲਦਾ ਪਿਆ ਹੈ ਹਮਮ ਸਿੰਗਰ ਉਹਦਾ ਗਾਣਾ ਚੱਕ ਲੈਂਦੇ ਆ ਉਹ ਹਿੱਟ ਹੋ ਜਾਂਦੇ ਆ ਉਹਨੂੰ ਭੁੱਲ ਜਾਂਦੇ ਆ ਮੈਂ ਬਹੁਤ ਸਾਰੀਆਂ ਇੰਟਰਵਿਊ ਦੇਖਦਾ ਵਾਂ ਲਿਖਣ ਵਾਲਾ ਬੰਦਾ ਜਿਹੜਾ ਵਾ ਉਹ ਰੋਲਦਾ ਪਿਆ ਉਹਦਾ ਕੋਈ ਮੁੱਲ ਨਹੀਂ ਹੈਗਾ ਇਸ ਟਾਈਮ ਤੇ ਹਮ ਸੋ ਮੇਰੇ ਵੱਲੋਂ ਇੱਕ ਕਲਾਕਾਰਾਂ ਨੂੰ ਅਪੀਲ ਆ ਕਿ ਜੇ ਉਹਦੀ ਲਿਖਣ ਵਾਲੀ ਕਲਮ ਤੁਹਾਨੂੰ ਅੱਗੇ ਲੈ ਕੇ ਆਉਂਦੀ ਹੈ ਤੇ ਉਹਦਾ ਮੁੱਲ ਜ਼ਰੂਰ ਪਾਓ ਬਿਲਕੁਲ ਜੇ ਤੁਸੀਂ ਮੁੱਲ ਨਹੀਂ ਨਾ ਪਾਉਂਦੇ ਤੇ ਹੁੰਦੀਆਂ ਬਦਵਾਵਾਂ ਜ਼ਰੂਰ ਤੁਹਾਨੂੰ ਲੱਗਣਗੀਆਂ ਇੱਕ ਦਿਨ ਕਦੇ ਯਾਰ ਮਿੱਤਰ ਦੋਸਤ ਹੁਣ ਤੁਹਾਨੂੰ ਕਹਿੰਦੇ ਨਹੀਂ ਕਿ ਯਾਰ ਜਦੋਂ ਪਹਿਲਾਂ ਸੀਗੇ ਗੀਤ ਕੋ ਆਂਦਾ ਸੀਗਾ ਜੀ ਉਹ ਠੀਕ ਸੀਗਾ ਹੁਣ ਕਿਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਨਹੀਂ ਕਰਦੇ ਹੁੰਦੀਆਂ ਭਾਜੀ ਗੱਲਾਂ ਕਈ ਵਾਰੀ ਮੈਂ ਜਦੋਂ ਪਹਿਲੀਆਂ ਆਪਣੀਆਂ ਫੋਟੋਆਂ ਵਗੈਰਾ ਦਿਖਾਉਣਾ ਹੈ ਕਿਸੇ ਨੂੰ ਬਹੁਤੇ ਲੋਕ ਤਾਂ ਵਿਸ਼ਵਾਸ ਹੀ ਨਹੀਂ ਕਰਦੇ ਜਦੋਂ ਕਈਆਂ ਨੂੰ ਮੈਂ ਵਿਖਾਉਣਾ ਤੇ ਉਹ ਕਹਿ ਦਿੰਦੇ ਯਾਰ ਪਹਿਲਾਂ ਲੁੱਕ ਵਧੀਆ ਨਹੀਂ ਸੀ ਜਿੱਦਾਂ ਤੂੰ ਸਿੰਗਿੰਗ ਵਿੱਚ ਹੈਗਾ ਆ ਫਿਰ ਜਵਾਬ ਕੀ ਦਿੰਨੇ ਆ ਅੱਗੋਂ ਨਹੀਂ ਮੈਂ ਕਹਿੰਦਾ ਨਾ ਕਿ ਮੈਨੂੰ ਹੁਣ ਸਕੂਨ ਆਇਆ ਹੂੰ ਹੁਣ ਮਾਨ ਮਹਿਸੂਸ ਹੁੰਦਾ ਹੁਣ ਇਸ ਕਰਕੇ ਮਾਨ ਮਹਿਸੂਸ ਹੁੰਦਾ ਕਿ ਜਿਹੜੀ ਮਾਂ ਹੁੰਦੀ ਨਾ ਜਨਮ ਦੇਣ ਵਾਲੀ ਹੂੰ ਉਹ ਇੱਕ ਦੂਸਰਾ ਰੱਬ ਮੰਨ ਲੀ ਗਈ ਮੇਰੀ ਮਾਂ ਖੁਸ਼ ਆ ਇਸ ਕਰਕੇ ਮੈਂ ਮੇਰੀ ਮਾਂ ਖੁਸ਼ ਆ ਤੇ ਮੈਂ ਵੀ ਖੁਸ਼ ਆ ਬਹੁਤ ਖੂਬ ਹਾਂਜੀ ਮੇਰੀ ਮਾਂ ਨੂੰ ਇੰਨੀ ਖੁਸ਼ੀ ਆ ਕਿ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਆ ਮੇਰੇ ਫਾਦਰ ਸਾਹਿਬ ਮੈਨੂੰ ਬੜਾ ਪਿਆਰ ਕਰਦੇ ਸੀਗੇ ਇਸ ਕਰਕੇ ਮੈਂ ਜੋ ਵੀ ਲਿਖਦਾ ਹਾਂ ਹੁਣ ਮੈਂ ਚੰਗਾ ਲਿਖਣ ਦੀ ਕੋਸ਼ਿਸ਼ ਕਰਦਾ ਜੋ ਪਹਿਲਾਂ ਲਿਖਿਆ ਉਹਨੂੰ ਮੈਂ ਭੁੱਲ ਚੁੱਕਾ ਤੇ ਮੈਂ ਸਰੋਤਿਆਂ ਨੂੰ ਇਹ ਬੇਨਤੀ ਕਰਦਾ ਕਿ ਮੈਂ ਹੁਣ ਚੰਗਾ ਲੈ ਕੇ ਮਾਰਕੀਟ 'ਚ ਆਉਂਗਾ ਜੋ ਵੀ ਲੈ ਕੇ ਆਵਾਂ ਤੇ ਸੋ ਆਪ ਨੇ ਸਾਰਿਆਂ ਨੇ ਪਿਆਰ ਦੇਣਾ ਆ ਕੁਝ ਹੱਦ ਤੱਕ ਲੋਕਾਂ ਦਾ ਵੀ ਕਸੂਰ ਹੈਗਾ ਆ ਲੱਚਰ ਨੂੰ ਅੱਗੇ ਲੈ ਕੇ ਆਉਣ ਵਿੱਚ ਅਸੀਂ ਜਦੋਂ ਮਾੜਾ ਸੌਂਗ ਆਉਂਦਾ ਹੈ ਮਾੜਾ ਗਾਣਾ ਲੈ ਕੇ ਕੋਈ ਕਲਾਕਾਰ ਆਉਂਦਾ ਆ ਉਦੋਂ ਕਿਉਂ ਨਹੀਂ ਅਸੀਂ ਉਹਨੂੰ ਬਿਚੇ ਛੱਡ ਦੇ ਉਹਨੂੰ ਕਿਉਂ ਵਿਊਜ਼ ਉਹਦੇ ਦਿੰਨੇ ਆ ਉਹਨੂੰ ਕਮੈਂਟਸ ਕਿਉਂ ਨਹੀਂ ਕਰਦੇ ਕਿ ਤੂੰ ਚੰਗਾ ਨਹੀਂ ਗਾਇਆ ਉਹਦੀ ਵਿਰੋਧਤਾ ਕਿਉਂ ਨਹੀਂ ਕਰਦੇ ਜੇਕਰ ਅਸੀਂ ਉਹਦੀ ਵਿਰੋਧਤਾ ਕਰਾਂਗੇ ਕਿ ਹੋ ਸਕਦਾ ਅਗਲੇ ਟਾਈਮ ਤੇ ਉਹ ਤੁਹਾਨੂੰ ਕੁਝ ਚੰਗਾ ਲੈ ਕੇ ਦੇ ਲੈ ਕੇ ਆਵੇ ਤੁਹਾਡੇ ਵਾਸਤੇ ਮਾਰਕੀਟ ਚ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਮੇਂਦਰ ਔਰ ਇਹ ਇਹਨਾਂ ਦੇ ਗੀਤ ਲਿਖਦੇ ਨੇ ਅੱਛਾ ਲਿਖਦੇ ਨੇ ਇਹਨਾਂ ਦਾ ਪਿਆਰ ਪਰ ਵੱਡਾ ਸਵਾਲ ਹੈ ਕਿ ਕੀ ਐਸੇ ਗੀਤਾਂ ਨੂੰ ਪਿਆਰ ਮਿਲੂਗਾ ਮਾਂ ਦੀ ਗੱਲ ਕੀਤੀ ਇਹਨਾਂ ਨੇ ਬਾਪ ਦੇ ਉੱਤੇ ਬੜਾ ਸੋਹਣਾ ਗੀਤ ਗਾਇਆ ਬੜਾ ਸੋਹਣਾ ਗੀਤ ਲਿਖਿਆ ਕੈਮਰਾ ਪਰਸਨ ਦੇਸ ਰਾਜ ਦੇ ਨਾਲ ਸਿਮਰਨ ਜੂਤ ਸਿੰਘ ਡੇਲੀ ਪੋਸਟ ਲੁਧਿਆਣਾ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563